पटियाला दी अनाज मंडी दे विच किसान अपनी फसल नू लै के बेहद तंग होए पए ने, क्योंकि फसल दी सांभ संभाल दे लई जिहड़े प्रबंध कीते गए ने उहनां तों किसान ना खुश ने। बेहद माड़े प्रबंध ने जिहड़े उह किसानां दे वल्लों दी दस्से गए ने। किसानां दा कहना है कि जिहड़ी फसल सुक्की है उहदी वी हाले तक चुकाई नहीं हो रही, जदकि जिहड़ी फसल बरसात दे मौसम कारण भिज चुकी है उस दे विच नमी वध जाएगी तां सरकार ने फिर उस नू चुक्कण तों इनकार कर देना। किसानों का हर पासे नुकसान होंदा नज़र आ रहा है। इस मौके दे उत्ते सरकार नूं हुण इन्हां किसान वीरां ने पटियाला दी अनाज मंडी दे विच खड़ के ये अपील की है कि साडी जिहड़ी सुक्की फसल है उस दी चुकाई तां घट्टो घट पहलां की जाए अते जिहड़ी फसल गिल्ली होण दा डर है उस नूं अंदर शैड्डां दे हेठां रखाया जाए। सो इस दे नाल किसान दा नुकसान है जिहड़ा उह नहीं होवेगा, पर देखणा इह होवेगा कि सरकार किसानां दी इस मंग ते किन्ना कु खरा उतरदी है। की कहणा इस मौके दे उत्ते किसानां दा, आओ सुणदे आं। ਪ੍ਰਬੰਧਾਂ ਦਾ ਦੇਖੋ ਜੀ ਬਿਲਕੁਲ ਮਾੜਾ ਹਾਲ ਆ। ਇੱਕ ਤਾਂ ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਸਟ੍ਰਾਈਕ ਖਿਲਾਈ ਜਾਵੇ, ਸੈਂਟਰ 'ਤੇ ਦਬਾਅ ਪਾ ਕੇ ਬੋਲੀ, ਚਾਰ ਦਿਨ ਹੋ ਗਏ ਬੋਲੀ ਨਾ ਹੈਗੀ, ਇੱਥੇ ਮਾਲ ਰੁੜ ਰਿਹਾ ਜਿਹੜਾ ਪਹਿਲਾਂ ਬੋਲੀ ਹੋਈ ਵੀ ਆ। ਸੁੱਕਾ ਮਾਲ ਆ, ਬੋਰੀਆਂ ਸ਼ੈੱਡ 'ਚ ਲਾ ਰੱਖੀਆਂ ਨੂੰ ਚੱਕ ਨਹੀਂ ਰਹੇ ਜੀ, ਉਹ ਸ਼ੈੱਡ ਵਿਹਲੇ ਹੁਣ ਤਾਂ ਕਿ ਕਿਸਾਨ ਆਪਣੀ ਫਸਲ ਅੰਦਰ ਲਾ ਸਕੇ, ਉੱਤੋਂ ਮੌਸਮ ਖਰਾਬ ਆ। ਮੋਇਸਚਰ ਦੇਖੋ ਜਿਹੜਾ 17 ਕਿਹਾ, 17 ਦਾ ਦੇਖੋ ਇਹੋ ਜਿਹੇ ਮੌਸਮ 'ਚ ਆਉਂਦਾ ਨਹੀਂ ਹੈਗਾ ਜੀ, ਉੱਤੋਂ ਮੌਸਮ ਖਰਾਬ ਆ। ਸਰਕਾਰ ਨੂੰ ਬੇਨਤੀ ਹੈ ਵੀ ਸਾਨੂੰ ਕੋਈ ਰਾਹਤ ਦਿੱਤੀ ਜਾਵੇ 2-4% ਦੀ, ਤਾਂ ਕਿ ਆ ਮਾਲ ਚੱਕਿਆ ਜਾਵੇ, ਭਰਿਆ ਜਾਵੇ। ਦੂਜੇ ਕਿਸਾਨ ਵੀ ਵੇਟ ਕਰ ਰਹੇ ਨੇ, ਆੜਤੀ ਨੂੰ ਫੋਨ ਕਰਦੇ ਹਾਂ ਕਹਿੰਦੇ ਜਗ੍ਹਾ ਨਹੀਂ ਹੈਗੀ, ਘਰੇ ਰੱਖ ਲਓ, ਘਰੇ ਕਿਸਾਨ ਕਿੱਥੇ ਲਾਓਗੇ, ਘਰੇ ਕਿਸਾਨ ਕੋਲ ਕਿੱਥੇ ਜਗ੍ਹਾ ਜੀ। ਅਸੀਂ ਤਾਂ ਇਹੀ ਮੰਗ ਹੈ ਵੀ ਜਿਹੜਾ ਮਾਲ ਭਰਿਆ ਗਿਆ ਸੁੱਕਾ ਅੰਦਰ ਪਿਆ ਸ਼ੈੱਡਾਂ 'ਚ, ਉਹਨੂੰ ਚੁਕਾਇਆ ਜਾਵੇ, ਸ਼ੈੱਡ ਵਿਹਲੇ ਕਰਾਇਆ ਜਾਣ, ਸਟ੍ਰਾਈਕ ਖੋਲ੍ਹੀ ਜਾਵੇ, ਬੋਲੀ ਕਰਾਈ ਜਾਵੇ, ਬੋਲੀ ਨਹੀਂ ਆਉਂਦੀ, 4 ਦਿਨ ਹੋ ਗਏ ਬੋਲੀ ਨਹੀਂ ਹੈਗੀ। ਉਰੇ ਤਾਂ 2-3 ਦਿਨ ਦੇ ਆਏ ਨਾ, ਹੁਣ ਪਹਿਲਾਂ ਦੀ ਵੱਡੀ ਹੋਈ, ਅੱਜ ਕੁਛ ਅੱਜ ਲੈ ਕੇ ਆਏ ਅਸੀਂ ਮੰਡੀ ਦੇ। ਲਾਤ ਮਾੜੇ ਨਹੀਂ, ਮਾੜੇ ਕਿਉਂ ਨੇ, ਕਿਉਂਕਿ ਜੇ ਜਦ ਤੱਕ ਇਹ ਜਿਹੜਾ ਪਿੱਛੇ ਪਿਆ ਮਾਲ ਇਹ ਚੱਕਿਆ ਨਹੀਂ ਜਾਂਦਾ ਹੈਗਾ, ਸਾਡਾ ਚਾਹੇ 17 ਵਾਊਚਰ ਆ, ਅਸੀਂ ਤਾਂ 17 ਆ ਗਿਆ, ਜੇ ਹੁਣ ਨਹੀਂ ਭਰੀ ਜਾਊਗੀ ਤਾਂ ਫਿਰ ਹੋਰ ਪਾਰਸ ਹੋ ਗਏ, ਹੁਣ ਵੱਧ ਸਕਦਾ ਇਹ, ਜੇ ਹੁਣ ਕੱਲ੍ਹ ਦੀ ਜਿਹੜੀ ਛੁੱਟੀ ਆਪਣੀ ਲਿਆਂਦੀ ਹੋਈ ਆ, ਕਿਉਂ ਕੱਲ੍ਹ ਬਾਰਸ ਹੋ ਕੇ ਹਟੀ ਆ, ਪਰ ਵੱਡੀ ਹੋਈ ਪਹਿਲਾਂ ਦੀ ਆ, ਬਾਰਸ ਤੋਂ ਪਹਿਲਾਂ ਸਾਰੀ ਪੜ੍ਹਾਈ ਹੋ ਗਈ, ਕਢਾਈਆਂ ਖੜੀਆਂ ਨੇ ਟਰਾਲੀ ਅੰਦਰ, ਹੁਣ ਉਹਨਾਂ ਨੂੰ ਕਿੱਥੇ ਲਾਵਾਂਗੇ, ਇੰਨੀ ਜਗ੍ਹਾ ਕਿਹਦੇ ਕੋਲ। ਅਸੀਂ ਤਾਂ ਕਹਿੰਦੇ ਵੀ ਆਹ ਜਿਹੜੀ ਹੈਗੀ ਇਹਨੂੰ ਭਰੀ ਜਾਵੇ, ਜਿਹੜੀ ਮੰਡੀ ਦੇ ਵਿੱਚ ਰੁੜਦੀ ਹੈ ਨਾ ਇਸ ਤਰ੍ਹਾਂ, ਫਿਰ ਤਾਂ ਕਿਸਾਨ ਤਾਂ ਪਹਿਲਾਂ ਇੱਕ ਪਹਿਲਾਂ ਮਾਰਚ ਹੜਦੀ ਚੱਲ ਕੇ ਹਟਿਆ, ਦੁਬਾਰੇ ਲਾਈ ਆ ਜੀਰੀ, ਫਿਰ ਹੁਣ ਤਾਂ ਜੀਰੀ ਵੀ ਅਸੀਂ ਦੂਜੀ ਲਾ ਰਹੇ ਹਾਂ ਜਿਹੜੀ ਮਤਲਬ ਜਲਦੀ ਆਉਂਦੀ ਆ, ਹੁਣ ਤਾਂ ਇਹਦੇ 'ਚ ਵਾਊਚਰ ਵਾਲਾ ਤਾਂ ਕੋਈ ਉਹ ਨਹੀਂ ਰਿਹਾ, ਪਰ ਹੁਣ ਜੇ ਆਪਾਂ ਉਵੇਂ ਕਹੀਂ ਜਾਵਾਂਗੇ ਵੀ ਇਸ ਤਰ੍ਹਾਂ ਹੀ 17 ਵਾਊਚਰ ਹੈ, 17 ਦੇ ਜੇ ਇੱਕ ਮਾੜਾ ਜਿਹਾ ਪੁਆਇੰਟ ਵੀ ਉੱਪਰ ਹੋ ਗਿਆ ਇਹਨਾਂ ਨੇ ਚੱਕਣੀ ਨਹੀਂ ਹੈਗੀ, ਕਿਉਂਕਿ ਜੇ ਬਾਰਸ ਹੋ ਗਈ ਤਾਂ 17 ਵਾਲਾ ਜਿਹੜਾ ਹੁਣ 17 ਜਾਂ 18 ਹੋਊਗਾ ਉਹਨੇ 23-24 'ਤੇ ਪਹੁੰਚ ਜਾਣਾ।